पटियाला प्राइमरी सहकारी खेतीबाड़ी विकास बैंक लिमिटेड दा आम इजलास गुरुद्वारा सिंह सभा पटियाला विखे करवाया गया, जिस विच मुख मेहमान हलका सनौर तो आम आदमी पार्टी दे विधायक हरमीत सिंह पठान माजरा दी धर्मपत्नी सिमरनजीत कौर विशेष तौर ते पहुंचे ते PADB प्रबंधक कमेटी वालों सम्मान किया गया। इस मौके गलबात करदिया विधायक दी धर्मपत्नी सिमरनजीत कौर ने की कुछ कहा, आओ सुनदे हां। इजलास इतना तो पहलिया सरकार का दसिया जी कि चेयरमैन साहब ने भी कि पहलिया सरकार वालों बैंक कुछ भी सहूलत नहीं दिखती गई, तो हूँ सरदार भगवंत सिंह मान जी ने जो उपराला किया 800 करोड़ रुपया इस बैंक में दिता है। सो अगे तो भी जो कोई स्कीम आएगी तो आप इस बैंक वास्ते जरूर कोशिश करा कि अगे तो भी कोई स्कीम वजी आए तो जो किसानों सहूलत मिल सके। जरूर जी, जो भी कोई उपराला होगा कोई नवी स्कीम आएगी तो पठान माजरा साहब जाके विधानसभा से मुद्दा चुकेंगे, सरदार भगवंत सिंह मान कोई मीटिंग करके देवे। उधरी दूजे पासे चेयरमैन हरप्रीत सिंह चट्ठा ने गलबात करदिया की दसिया, आओ सुनदे हां उन्हां तों वी। लोकां नूं जागरूक वास्ते लोकां नूं मैसेज पहुंचाया जावे इस बैंक दीआं वी जिन्नियां वी की सिस्टम है कि जिवें किसानां नाल चलना है ते बैंक वास्ते वी बैंक दीआं वी तुसीं ला लो वी बैंक दीआं उपलब्धियां लोकां तक पहुंचाउण वास्ते जिहड़ा सकदे आ। ਇਹ ਖੇਤੀ ਬੈਂਕ ਇਸ ਕੋਈ ਲੋਕਾਂ ਵਾਸਤੇ ਕੋਈ FD ਹੈ ਕਿ ਗੱਲ ਕਰਦੇ ਕਿ FD ਬਣਾਓ FD ਅਸੀਂ ਗਾਰੰਟੀ ਵਿੱਚ ਬੈਂਕ ਦੇ ਜੀ। ਹਾਂਜੀ FD ਆਤੇ 7% ਆਪਣਾ 6% 6% ਵਿਆਜ ਅਸੀਂ ਆਪਣੀਆਂ ਵੀ ਕਰਵਾ ਰਹੇ ਹਾਂ 6% ਸਾਡਾ ਵਿਆਜ ਇਸ ਬੈਂਕ ਦਾ। ਆਨ ਆ ਟਾਈਮ ਚ ਬੈਂਕ ਚ ਕੋਈ ਲੋਕਾਂ ਵਾਸਤੇ ਸੁਵਿਧਾ ਇਸ ਬੈਂਕ ਦਾ ਸਾਡਾ ਵੀ ਨਾ ਮਾਤਰ ਵਿਆਜ ਆ ਬੈਂਕ ਨਾਲ ਜਿਹੜੇ ਇਸ ਸਾਡੇ ਬੈਂਕ ਤੋਂ ਲੋਨ ਲੈ ਕੇ ਜਿਹੜੇ ਵੀ ਲੋਕ ਚੱਲਦੇ ਨੇ ਬਹੁਤ ਫਾਇਦੇ ਚ ਰਹਿੰਦੇ ਨੇ, ਬਹੁਤ ਲੋਕਾਂ ਨੇ ਤਰੱਕੀਆਂ ਕੀਤੀਆਂ ਨੇ ਸਾਡੇ ਬੈਂਕ ਰਾਹੀਂ, ਕਿਉਂਕਿ ਜਦੋਂ ਹਰੀ ਕ੍ਰਾਂਤੀ ਆਈ ਸੀ ਹਰੀ ਕ੍ਰਾਂਤੀ ਸਰਕਾਰ ਨੂੰ ਸੁਲਤੀ ਜੱਟਾਂ ਨੂੰ ਆੜਤੀਆਂ ਦੇ ਜੰਗਲ ਚੋਂ ਕਿਵੇਂ ਕੱਢਿਆ ਜਾਵੇ। ਜੇ ਲੋਨ ਦੀ ਸੁਵਿਧਾ ਜੀ ਮਤਲਬ ਕਿਸਾਨਾਂ ਵਾਸਤੇ ਆ ਪਬਲਿਕ ਵੀ ਲੋਨ ਦੇ ਨਹੀਂ ਆ ਸਿਰਫ ਕੌਣ ਜੀ ਕਿਸਾਨਾਂ ਵਾਸਤੇ ਹੀ ਹੈ ਜੀ, ਤੇ ਜ਼ਮੀਨ ਦੀ ਲੋਨ ਮਿਲਦਾ ਹੈ ਕਮੈਨਾ ਡੈਰੀ ਫਾਰਮ ਪੋਲਟਰੀ ਫਾਰਮ ਇਸ ਚੀਜ਼ ਵਾਸਤੇ ਕੋਈ ਇੱਥੇ ਨਹੀਂ, ਸਿਰਫ ਕਿਸਾਨਾਂ ਲਈ ਬੈਂਕ। ਅੱਜ ਅੱਜ ਮੈਂ ਖਾਨ ਮਾਜਰਾ ਆਏ ਨੇ ਸਾਡੇ ਬੈਂਕ ਦਾ, ਕਿਉਂਕਿ ਜਿਹੜੀ ਸਾਡੇ ਬੈਂਕ ਦੀ ਕਮੇਟੀ ਹੋ ਗਈ ਇਹਨਾਂ ਦੀ ਵੀ ਦੇਖਣਾ, ਤੇ ਇਹਨਾਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਨਾਂ ਨੇ ਸਾਡੀ ਬਾਂਹ ਫੜੀ ਆ, ਖਾਸ ਸਰਦਾਰ ਸਾਡੇ ਹਲਕੇ ਦੇ MLA ਸਰਦਾਰ ਹਰਮੀਤ ਸਿੰਘ ਖਾਨ ਮਾਜਰਾ ਜੀ ਨੇ ਬੈਂਕ ਦਾ ਬਾਰੇ ਬਹੁਤ ਮੀਟਿੰਗਾਂ ਕਰ ਰਹੇ ਨੇ, ਬੈਂਕ ਨੂੰ ਐਡਵਾਂਸਮੈਂਟ ਦੇਣ ਬਾਰੇ ਵੀ ਗੱਲਾਂ ਹੋ ਰਹੀਆਂ ਨੇ ਵੀ ਅੱਗੋਂ ਐਡਵਾਂਸਮੈਂਟ ਬੈਂਕ ਨੂੰ ਵੀ ਕਿਵੇਂ ਅਪਗ੍ਰੇਡ ਕੀਤਾ ਜਾਵੇ। ਠੀਕ ਹੈ, ਵਟਸਐਪ ਉੱਪਰੇ ਬੈਂਕ 'ਚ ਆਇਆ ਫਿਰ ਉਸੇ ਦਿਨ ਮੈਂ ਦੱਸ ਚਾਰ ਵੀ ਸਰਕਾਰ ਵੱਲੋਂ ਬੰਦ ਸੀ ਲੈ ਦੇ। ਦੇਖੋ ਗੱਲ ਐਂ ਆ, ਮੈਂ ਪਹਿਲਾਂ ਵੀ ਕਹਿ ਚੁੱਕਿਆ ਸੀ ਕਿ ਇਸ ਬੈਂਕ ਦੀਆਂ ਜੋ ਫੈਸਿਲਿਟੀ ਜੋ ਸਹੂਲਤ ਉਹ ਲੋਕਾਂ ਨੇ ਪਿਛਲੀਆਂ ਸਰਕਾਰਾਂ ਲੰਬੇ ਸਮੇਂ ਤੋਂ ਇਹਦੀ ਤ੍ਰਾਸਦੀ ਬੈਂਕ ਦੀ ਇਹ ਤਰਸਯੋਗ ਸਥਿਤੀ ਹੋ ਗਈ ਸੀ ਕਿ ਲੋਕ ਇਹਨਾਂ ਇਹਨਾਂ ਦੀਆਂ ਜਿਹੜੀਆਂ ਸਹੂਲਤਾਂ ਲੈਣ ਸੰਬੰਧੀ ਸੋਚਦੇ ਵੀ ਨਹੀਂ ਸੀ। ਠੀਕ ਹੈ ਨਾ, ਇਹ ਹੁਣ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, CM ਸਾਹਿਬ ਵੱਲੋਂ ਜੋ ਕਿ ਪੂਰੇ ਪੰਜਾਬ ਵਾਸਤੇ 800 ਕਰੋੜ ਰੁਪਇਆ ਦਿੱਤਾ ਗਿਆ, ਇਹ ਇੱਕ ਸੂਰਵਾ ਗਿਆ, ਇਹ ਨਹੀਂ ਹੈ ਕਿ 800 ਕਰੋੜ ਰੁਪਇਆ ਬਹੁਤ ਜ਼ਿਆਦਾ ਨਹੀਂ। ਦੇਖੋ ਬੈਨੀਫਿਟ ਮਿਲਣਾ ਸ਼ੁਰੂ ਹੋ ਗਿਆ, 800 ਕਰੋੜ ਰੁਪਏ ਦੇ ਨਾਲ ਡਿਵਾਈਡੇਸ਼ਨ ਕੀਤੀ ਜਾਊਗੀ ਵੱਖੋ ਵੱਖਰੀਆਂ ਬੈਂਕਾਂ ਨੂੰ, ਇਹ ਇੱਕ ਸ਼ੁਰੂਆਤ ਹੋਈ ਆ, ਇਹਨੂੰ ਆਪਾਂ ਕੋਈ ਬਹੁਤਾ ਵੱਡਾ ਉਹ ਨਹੀਂ ਮੰਨ ਸਕਦੇ, ਇਹ ਸ਼ੁਰੂਆਤ ਕੀਤੀ ਆ। ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਹਜੇ ਤਾਂ ਸਰਕਾਰ ਨੂੰ ਹੋਏ ਹੀ 1 ਸਾਲ ਪੂਰਾ ਹੋਇਆ ਮਸਾਂ ਹਜੇ, ਠੀਕ ਹੈ ਨਾ, 1 ਸਾਲ ਦੇ ਅੰਦਰ ਇਸ ਬੈਂਕ ਬਾਰੇ ਸਰਕਾਰ ਨੂੰ ਸਾਲ ਹੋਣ ਤੋਂ ਬਾਅਦ ਇੱਕ ਤੋਹਫਾ ਦੇ ਕੇ ਬੈਂਕ, ਹਾਂ ਬੈਂਕ ਨੂੰ ਤੋਹਫਾ ਦਿੱਤਾ ਗਿਆ। ਇਹ ਜਿਹੜਾ ਲੋਕਾਂ ਤੱਕ ਪਹੁੰਚਾਈ ਜਾਊਗੀ ਗੱਲ, ਲੋਕਾਂ ਨੂੰ ਹੁਣ ਥੋੜ੍ਹੀ ਥੋੜ੍ਹੀ ਗੱਲ ਇਹ ਪਤਾ ਲੱਗਣ ਲੱਗੀ ਆ ਕਿ ਇਸ ਬੈਂਕ ਤੋਂ ਅਸੀਂ ਦੁਬਾਰਾ ਤੋਂ ਸਹੂਲਤਾਂ ਲੈ ਸਕਦੇ ਹਾਂ, ਠੀਕ ਹੈ ਨਾ। ਕਿੰਨੇ ਤੋਂ ਬੰਦ ਸੀ ਲੰਬੇ ਸਮੇਂ ਤੋਂ, ਪਿਛਲੀਆਂ ਸਰਕਾਰਾਂ ਨੇ ਇਹਨਾਂ ਬੈਂਕਾਂ ਵੱਲ ਧਿਆਨ ਹੀ ਨਹੀਂ ਦਿੱਤਾ,
ठीक है ना, ये ग्राफ्ट के चलिया गई। लोग पहला लेंदे होंगे शुरू शुरू के सहूलत लेंदे, लोग सुखी रेंदे सी। हुण उस तो बाद की किया, प्राइवेट बैंकों ने आप बोले लुट रहे हैं, ये सरकारी बैंकों वाले लोग ध्यान नहीं देंगे क्योंकि सरकार ने ध्यान नहीं देता। ठीक है ना, हुण साडी आम आदमी पार्टी पंजाब सरकार ने इस वल ध्यान दिता और 800 करोड़ रुपया जारी कर दिता पूरे पंजाब नूं। आने वाले समय के मैं कहना वड्डे वड्डे तोहफे इस बैंक को मिलेंगे, क्योंकि सरकार को पता ये जे पी आई डी ये बैंक जी सरकारी बैंक नफे च ने, सरकारी बैंक नफे ने तो सब तो अपना किसान नफे चाहिए। पंजाब सरकार वालों जेडी बैंकां नूं राशि जारी कीती गई है, इस लई पंजाब दे मुख्यमंत्री भगवंत मान सिंह दा धन्नवाद कीता अते इस मौके बैंक दे सारे कर्मचारी मौजूद रहे। एवन मीडिया लई पटियाला तो अंशुमन दी खास रिपोर्ट।